ਭਗਵੰਤ ਮਾਨ ਸਾਹਿਬ ਝੂਠ ਦੀ ਪੁੜੀ ਡਾਕੂ ਹੋ ਤੁਸੀਂ 50,000 ਕਰੋੜ ਰੁਪਈਆ ਖਾਣ ਵਾਲੇ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੀਲੀ ਪੱਗ ਬੰਨੀ ਹੈ ਭਗਤ ਸਿੰਘ ਦੀ। ਉਹ ਭਗਤ ਸਿੰਘ ਨੇ ਤਾਂ ਸੁਪਨਾ ਦੇਖਿਆ ਸੀ ਕਿ ਗੋਰਿਆਂ ਤੋਂ ਆਜ਼ਾਦ ਹੋ ਕੇ ਆਜ਼ਾਦ ਦੇਸ਼ ਦੇ ਵਿੱਚ ਵਸਾਂਗੇ, ਇੱਜ਼ਤ ਦੀ ਰੋਟੀ ਖਾਵਾਂਗੇ। ਆ ਪਾਸਪੋਰਟ ਦੇਖ ਲਓ, ਪੰਜਾਬ ਦੇ ਰਿਕਾਰਡ ਤੋੜਤਾ 12 ਲੱਖ ਪਾਸਪੋਰਟ ਬਣਿਆ, 12 ਲੱਖ ਪਾਸਪੋਰਟ ਇਸ ਸਾਲ ਦੇ ਵਿੱਚ। 1 ਲੱਖ ਕਰੋੜ ਦੀ ਜਾਇਦਾਦ ਵੇਚ ਕੇ ਮੁੰਡੇ ਕੁੜੀਆਂ ਬਾਪੂ ਮਾਤਾਵਾਂ ਅੱਜ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਜਾਈ ਜਾਂਦੇ ਆ। ਮਿੱਤਰ ਪਿਆਰੇ, ਤੂੰ ਕਹਿੰਦਾ ਸੀਗਾ ਗੋਰੇ ਲੈ ਕੇ ਆਏਗਾ ਇੱਥੇ, ਕੀ ਭਗਤ ਸਿੰਘ ਨੇ, ਰਾਜਗੁਰੂ ਨੇ, ਸੁਖਦੇਵ ਨੇ, ਰਾਮ ਪ੍ਰਸਾਦ ਬਿਸਮਿਲ ਨੇ ਇਹ ਸੁਪਨਾ ਦੇਖਿਆ ਸੀ ਕਿ ਆਜ਼ਾਦ ਭਾਰਤ ਦੇ ਵਿੱਚ ਉਹ ਪੰਜਾਬ ਜਿਹਨੇ ਨੀਹਾਂ ਚਿਣੀਆਂ ਇਸ ਦੇਸ਼ ਦੀਆਂ, ਸਭ ਤੋਂ ਵੱਧ ਪਰਮਵੀਰ ਚੱਕਰ ਦਿੱਤੇ, ਸਭ ਤੋਂ ਵੱਧ ਅਨਾਜ ਪੈਦਾ ਕੀਤਾ, ਸਭ ਤੋਂ ਵੱਧ ਫੌਜ 'ਚ ਔਰ ਇੰਡੀਪੈਂਡੈਂਸ 'ਚ ਯੋਗਦਾਨ ਪਾਇਆ। ਉਹਦੇ ਉਸ ਪੰਜਾਬ ਦੇ ਬੱਚੇ 12 ਲੱਖ ਪਾਸਪੋਰਟ ਬਣਾ ਕੇ 1 ਲੱਖ ਕਰੋੜ ਦੀ ਜ਼ਮੀਨ ਜਦਾਰ ਵੇਚ ਕੇ ਗੋਰਿਆਂ ਨੂੰ ਗੁਲਾਮ ਬਣਾਉਣ ਜਾਣਗੇ। ਉਹ ਸ਼ਰਮ ਕਰੋ, ਇਹ ਜਿਹੜੀਆਂ ਤੁਸੀਂ ਐਡਾ ਦਿੰਦੇ ਹੋ, ਸ਼ਰਮ ਕਰੋ। ਲੈ ਮੈਂ ਅੱਜ ਨਾ ਅਨਾਊਂਸ ਕਰਦਾ, ਮੇਰੇ ਕੋਲ ਕੋਈ ਅਹੁਦਾ ਨਹੀਂ, ਮੇਰੇ ਕੋਲ ਕੁਛ ਨਹੀਂ, ਲੇਕਿਨ ਨਵਜੋਤ ਸਿੰਘ ਸਿੱਧੂ ਫਿਰ ਵੀ ਐਡਾ ਅਮੀਰ ਹੈ, ਮੇਰੇ ਅਕਾਊਂਟ ਬੰਦ ਕੀਤੇ ਹੈ, ਮੇਰੇ ਤੇ ਤਸ਼ੱਦਦ ਹੁੰਦੇ ਆ, ਮੇਰੇ ਤੇ ਕੇਸ ਪਏ ਆ, ਲੇਕਿਨ ਫਿਰ ਵੀ ਨਵਜੋਤ ਸਿੰਘ ਸਿੱਧੂ ਨਾਲੋਂ ਅਮੀਰ ਪੰਜਾਬ 'ਚ ਕੋਈ ਨਹੀਂ, ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਬੰਟੀ ਵਰਗੇ ਲੋਕਾਂ ਕੋਲ ਆ ਪਿੱਛੇ ਭੈਣ ਜੀ ਬੈਠੀ ਹੈ। ਸਾਡੇ ਕੋਲ ਪੰਜਾਬ ਦਾ ਪਿਆਰ ਔਰ ਵਿਸ਼ਵਾਸ ਅੱਜ ਵੀ ਬਰਕਰਾਰ ਹੈ, ਜਨਤਾ ਜਮੀਰ ਅੱਜ ਵੀ ਬਰਕਰਾਰ ਹੈ, ਨਾ ਵਿਕਿਆ ਨਾ ਵਿਕਣ ਦਊ, ਇਸੇ ਕਰਕੇ ਖੜਾ। ਪੰਜਾਬ ਦਾ ਵਰਤਾਂਤ ਕੀ ਹੈ? ਪੰਜਾਬ ਦਾ ਵਰਤਾਂਤ ਇੰਨਾ ਹੀ ਹੈ, ਨੌਜਵਾਨ ਕੀ ਚਾਹੁੰਦਾ, ਉਹ ਕਿਉਂ ਗੁਲਾਮ ਬਣੇ ਹੋ ਇਸ ਸਿਸਟਮ ਦੇ, ਕਿ ਮੇਰੀ ਉਹ ਫਲਾਨੇ MLA ਨਾਲ ਬਣਦੀ ਹੈ, ਮੈਂ ਤਾਂ ਉਹਦੇ ਗਰੁੱਪ 'ਚ ਜਾਂਦਾ, ਉਹ ਕਰਦਾ ਮੇਰਾ ਫੋਨ ਦਾ ਕੰਮ ਖਰਾਬ। ਉਹ ਰਾਜਨੀਤੀ ਤਾਂ ਨੀਤੀਆਂ ਦੀ ਹੈ, ਨੀਤੀ ਬਣਾਓ, ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਉਹਨੂੰ ਫਾਇਦਾ ਮਿਲੂ। ਜਿੱਦਣ ਨੀਤੀਆਂ ਬਣਨ ਲੱਗ ਗਈਆਂ ਪੰਜਾਬ 'ਚ, ਕਿਹੜੀ ਨੀਤੀ ਬਣਾਈ ਹੈ ਭਾਈ? ਕਿਸਾਨੀ ਦੀ ਨੀਤੀ ਬਣਾਈ ਹੈ? ਨੌਜਵਾਨਾਂ ਦੀ ਨੀਤੀ ਬਣਾਈ ਹੈ? ਕਿਹੜੀ ਨੀਤੀ ਬਣਾਈ ਹੈ? 1 ਲੱਖ ਕਰੋੜ ਰੁਪਈਆ ਤੁਸੀਂ ਪੰਜਾਬ ਦਾ ਖਾ ਕੇ 70,000 ਕਰੋੜ ਰੁਪਈਏ ਦੇ ਕਰਜ਼ੇ ਦੇ ਉੱਤੇ ਪੰਜਾਬ ਚਲਾ ਰਹੇ ਹੋ, 20-20 ਰੁਪਈਏ ਦੀ ਬਿਜਲੀ ਖਰੀਦ ਰਹੇ ਹੋ ਤੇ ਫਿਰ ਫ੍ਰੀ ਦੇ ਰਹੇ ਹੋ, PSPCL ਵਾਲਿਆਂ ਤਨਖਾਹ ਨਹੀਂ, ਸਾਰੇ ਟੀਚਰ ਟੰਕੀਆਂ ਦੇ ਉੱਤੇ ਚੜੇ ਹੋਏ ਆ। ਪੰਜਾਬ ਜਦ ਤੱਕ ਵਿੱਤੀ ਹਾਲਤ ਪੰਜਾਬ ਦੀ ਸੁਧਰਦੀ ਨਹੀਂ, ਪੰਜਾਬ ਖੜਾ ਨਹੀਂ ਹੁੰਦਾ। ਔਰ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨ ਨੂੰ ਨਹੀਂ ਹਟਦੇ, ਬਿਜ਼ਨਸ ਕਰਨ ਨੂੰ ਨਹੀਂ ਹਟਦੇ, 80-20 ਦੇ ਸਮਝੌਤੇ ਨਹੀਂ ਕਰਦੇ, ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ। ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ, ਪੰਜਾਬ ਕਾਂਗਰਸ ਨੂੰ ਅਣਖ ਜਗਾਉਣੀ ਪਊਗੀ, ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਯਾਦ ਕਰਨਾ ਪਊਗਾ। ਔਰ ਇੱਕੋ ਚੀਜ਼ ਜੇ ਜਾਗਦੀ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਭਰੋਸਾ, ਉਸੇ ਦਿਨ ਝੰਡੇ 'ਚ ਡੰਡਾ ਲਾ ਜੂ, ਤੰਬੂ 'ਚ ਬੰਬੂ ਲਾ ਜੂ। ਤੂੰ ਕਹਿੰਦਾ ਮਿੱਤਰ ਪਿਆਰੇ ਕਰਪਸ਼ਨ ਨਹੀਂ ਹੈ, ਉਹ ਭਾਈ ਅਮਰੀਕਾ 'ਚ ਕਿਸੇ ਨੂੰ ਤੰਬੂ ਦਾ ਠੇਕਾ ਮਿਲਦਾ ਵਿੱਚੋਂ ਰੁਮਾਲ ਕੱਢ ਲੈਂਦਾ, ਇੱਥੇ ਕਿਸੇ ਨੂੰ ਰੁਮਾਲ ਦਾ ਠੇਕਾ ਮਿਲਦਾ ਵਿੱਚੋਂ ਤੰਬੂ ਕਰਦਾ। ਹੱਸ ਲਓ ਤਾੜੀ ਠੋਕਿਆ ਕਰੋ, ਕਿਸੇ ਨੂੰ ਝੂਠ ਬੋਲਦਾ। ਤਹਿਸੀਲ ਚਲ ਜਾ ਉੱਥੇ, ਤਹਿਸੀਲ ਚਲ ਜਾ ਉੱਥੇ, ਰਜਿਸਟਰੀਆਂ ਕਰਾਉਣੀਆਂ ਉੱਥੇ, ਕਹਿੰਦਾ ਜੀ ਮੈਂ ਕਰਪਸ਼ਨ ਦੂਰ ਕਰ ਦੂ। ਕਿੱਥੋਂ ਕਰਪਸ਼ਨ ਦੂਰ ਕਰ ਦੇਗਾ ਜੀ? ਆਪ 50,000 ਕਰੋੜ ਰੁਪਈਆ ਖਾਂਦੇ ਹੋ, 21,000 ਦੀ ਰੇਟਾ ਹੀ ਖਾਲੀ ਮਿਲਦੀ ਹੈ, 15 ਕਰੋੜ ਰੁਪਈਏ ਇੱਕ ਐਸੇ ਬੰਦੇ ਨੂੰ
ਗੁਰਦੀਪ ਜੁਝਾਰ ਜਿਹੜਾ ਕਿ ਸੁਖਬੀਰ ਬਾਦਲ ਦੇ ਟਾਈਮ ਦਾ, ਉਹਨੂੰ ਤੁਸੀਂ 15 ਕਰੋੜ ਰੁਪਏ ਕਿਹਨੂੰ ਦਿੰਦਾ? ਚਲੋ ਨਾਂ ਕਿਹਨੂੰ ਦਿੰਦੇ ਆ? ਕੇਬਲ ਵਾਲੇ ਕਿਹਨੂੰ ਦਿੰਦੇ ਆ ਮਹੀਨਾ? ਉਹ ਤੁਸੀਂ ਕਹਿੰਦੇ ਸੀਗੇ ਨੌਜਵਾਨਾਂ ਨੂੰ ਬੱਸਾਂ ਦੇ ਪਰਮਿਟ ਦਿਓਗੇ, ਬਤਾਊ ਨੀ ਦਿੱਤਾ ਤੁਸੀਂ? ਬਤਾਊ, ਹੱਸ ਲਓ, ਤਾੜੀ ਠੋਕੋ, ਸੱਚੀ ਗੱਲ ਕਹਿੰਦਾ। ਲੈ ਮੈਂ ਤੈਨੂੰ ਕਹਿੰਦਾ ਮਿੱਤਰ ਪਿਆਰੇ, ਤੂੰ ਅੱਜ ਕਰ, ਮੈਂ ਤੇਰੀ ਜੈ ਜੈਕਾਰ ਕਰੂ, ਤੇਰੇ ਚਰਨਾਂ 'ਚ ਬਹਿ ਕੇ ਜੈ ਜੈਕਾਰ ਕਰੂ। ਤੂੰ ਖੋਲ ਰੇਤੇ ਦੀ ਕਾਰਪੋਰੇਸ਼ਨ, 1 ਲੱਖ ਬੰਦੇ ਨੂੰ ਨੌਕਰੀ ਦੇਣਾ, 7,000 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ 'ਚ। ਮੈਂ ਸ਼ਰਾਬ ਦੇ ਹੱਕ 'ਚ ਨਹੀਂ, ਪੰਜਾਬੀ ਸੁੱਖਣਾ ਲੈ ਕੇ ਜਿੰਨੀ ਦਾਰੂ ਪੀ ਜਾਂਦੇ, ਮੈਂ ਸ਼ਰਾਬ ਦੇ ਹੱਕ 'ਚ ਨਹੀਂ। ਸਮਗਲਿੰਗ ਕਿਉਂ ਹੋਵੇ? ਉਹ ਜਲਦੀ ਸ਼ਰਾਬ ਕਿਉਂ ਵਿਕੇ? ਮਹਿੰਗੀ ਸ਼ਰਾਬ ਕਿਉਂ ਵਿਕੇ? ਜੇ ਵਿਕਦੀ ਆ ਤੇ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਕਿਉਂ ਨਾ ਆਵੇ? ਤਾਮਿਲਨਾਡੂ ਇਕੱਲਾ ਸ਼ਰਾਬ 'ਚੋਂ ਅੱਧੀ ਖਪਤ, 50,000 ਕਰੋੜ ਰੁਪਈਏ ਸਾਲ, ਅਸੀਂ 4,000, ਦੁੱਗਣੀ ਖਪਤ। ਸੈਂਟਰ ਦੀਆਂ ਸਕੀਮਾਂ 'ਚ ਦਿਓ ਡਬਲ, 60-70,000 ਕਰੋੜ ਰੁਪਈਆ ਜਿਹੜਾ ਇਹ ਖਾਂਦੇ ਆ ਇੱਕ। ਮੈਂ ਤੁਹਾਨੂੰ ਕਹਿੰਦਾ ਪੰਜਾਬ ਨੇ ਵੋਟਾਂ ਗਲਤ ਨਹੀਂ ਪਾਈਆਂ, ਪੰਜਾਬ ਨੇ ਵੋਟਾਂ ਬਿਲਕੁਲ ਸਹੀ ਪਾਈਆਂ। ਕੈਪਟਨ ਜਿਤਾਇਆ ਉਹ ਸੈਂਟਰ ਦਾ ਗੁਲਾਮ ਬਣ ਗਿਆ। ਉਹਨੂੰ ਸਮਝਣਾ ਚਾਹੀਦਾ ਕਿ ਸੈਂਟਰ ਸਟੇਟਾਂ ਦਾ ਗੁਲਦਸਤਾ ਹੈ, ਸਟੇਟਾਂ ਦਾ ਗੁਲਦਸਤਾ। ਅੱਡ ਅੱਡ ਸਟੇਟਾਂ 'ਚ ਅੱਡ ਅੱਡ ਖੁਸ਼ਬੂ ਹੈ। ਤੁਸੀਂ ਪੰਜਾਬ ਨੂੰ ਮਾਰ ਕੇ ਹਿੰਦੁਸਤਾਨ ਖੜਾ ਨਹੀਂ ਕਰ ਸਕਦੇ, ਇਹ ਢਾਲ ਹੈ, ਇਹ ਸਟੇਟਾਂ ਦਾ ਸੰਘੀ ਢਾਂਚਾ। ਇਹਦਾ ਰਖਵਾਲਾ ਬਣੇਗਾ ਬੰਟੀ, ਇਹਦਾ ਰਖਵਾਲਾ ਬਣੇਗਾ ਨਵਜੋਤ ਸਿੰਘ ਸਿੱਧੂ। ਅੰਨਾ ਬੋਲਾ ਮਾਇਆਧਾਰੀ ਬੰਟੀ, ਤੇਰੇ ਇਹ ਬੰਦੇ ਜਿਹੜੇ ਅੱਜ ਇਕੱਠੇ ਹੋਏ ਆ, ਇਹ ਪ੍ਰਮਾਣ ਹੈ ਕਿ ਜਦੋਂ ਸਰਕਾਰਾਂ ਅੰਨੀਆਂ ਤੇ ਬੋਲੀਆਂ ਹੋ ਜਾਣ, ਕੋਈ ਬੰਟੀ ਵਰਗਾ ਬੰਦਾ ਚਾਹੀਦਾ ਜਿਹੜਾ ਧਮਾਕਾ ਕਰਦੇ। ਧਮਾਕਾ, ਇਹ ਉਹ ਧਮਾਕਾ ਹੈ, ਇਹ ਉਹ ਧਮਾਕੇ ਨੇ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਦਾ ਵਰਕਰ ਜਗਾ ਦੇਣਗੇ, ਰੁੱਸੀਆਂ ਨੂੰ ਬਣਾ ਦੇਣਗੇ, ਬਾਲ ਕੱਢਣਗੇ। ਲੈ ਜਾ, ਕੋਈ ਸਜ਼ਾ ਦੇਣੀ ਹੈ ਤੇ ਸਿੱਧੂ ਤੇਰੇ ਤੋਂ ਅੱਗੇ ਖੜ ਕੇ ਸਜ਼ਾ ਲਏਗਾ, ਲੇਕਿਨ ਤੇਰੇ ਵਰਗੇ ਵਰਕਰਾਂ ਨੂੰ ਸਾਫਾ ਬਣਾ ਕੇ ਰੱਖੇਗਾ। ਜ਼ਬਾਨ ਦਿੱਤੀ ਇੱਥੇ, ਜ਼ਬਾਨ ਦਿੱਤੀ। ਤੁਸੀਂ ਨੀਹਾਂ ਦਾ ਹੀ ਖਿਆਲ ਨਾ ਰੱਖ ਸਕੋ ਜਦੋਂ ਜਵਾਕ ਜੰਮਦਾ ਘਰੇ, ਜਦੋਂ ਜਵਾਕ ਜੰਮਦਾ ਘਰੇ ਇਹ ਨੀਹਾਂ ਰੋਂਦੀਆਂ। ਉਹ ਕਈ ਕਿਉਂ ਰੋਂਦੀਆਂ? ਕਿ ਜੇ ਚੰਗਾ ਨਿਕਲਿਆ ਤੇ ਢਾ ਕੇ ਦੁਬਾਰਾ ਬਣਾਉ, ਤੇ ਜੇ ਮਾੜਾ ਨਿਕਲਿਆ ਤੇ ਗਲ ਜਾਣਗੀਆਂ। ਇਹ ਗਲਦੀਆਂ ਨੀਹਾਂ, ਮੈਂ ਨੌਜਵਾਨਾਂ ਨੂੰ ਕਹਿੰਦਾ ਇਹ ਗਲਦੀਆਂ ਨੀਹਾਂ ਆਉਂਦੇ ਆ, ਦੇਖੋ ਛਾਤੀਆਂ ਚੌੜੀਆਂ ਕਰੇ, ਠੀਕ ਹੈ? ਇਹ ਗਲਦੀਆਂ ਨੀਹਾਂ ਜੇ ਸਵਾਲਣਾ ਪੰਜਾਬ ਦਾ ਨੌਜਵਾਨ ਵਾਪਸ ਆਵੇ, ਆਪਣੇ ਦੇਸ਼ 'ਚ ਆਵੇ, ਇਸ ਸਿਸਟਮ ਨਾਲ ਲੜੇ, ਇਸ ਕਰਪਟ ਸਿਸਟਮ ਨੂੰ ਬਦਲਣ ਦੇ ਲਈ ਪੰਜਾਬ ਦਾ ਧਰਤੀ ਪੁੱਤਰ ਚੁਣੇ, ਇਮਾਨਦਾਰ ਬੰਦਾ ਚੁਣੇ, ਜਿਹਦੇ ਤੇ ਭਰੋਸਾ ਹੋਵੇ, ਜਿਹੜਾ ਕਿਰਦਾਰ ਵਾਲਾ ਹੋਵੇ, ਜਿਹਦੇ 'ਚ ਕਰੈਕਟਰ ਹੋਵੇ, ਜਿਹਨੂੰ ਘਰੇ ਬੁਲਾ ਸਕੇ। ਅੱਜ ਕੱਲ੍ਹ ਤਾਂ ਲੋਕ ਕਹਿੰਦੇ ਆ, ਮਾਵਾਂ ਕਹਿੰਦੀਆਂ ਕਿ ਅਸੀਂ ਆਪਣੇ ਬੱਚੇ ਨੂੰ ਡਾਕਟਰ ਬਣਾਵਾਂਗੇ ਤੇ ਇੰਜੀਨੀਅਰ ਬਣਾਵਾਂਗੇ। ਉਹ ਮੈਂ ਕਿਹਾ ਇਹੋ ਜਿਹੇ ਐਮਐਲਏ ਬਣਾ ਲਓ, ਇਹੋ ਜਿਹੇ ਐਮਐਲਏ ਬਣਾ ਲਓ, ਲੋਕ ਕਹਿਣ ਲੱਗ ਜਾਣਗੇ ਅਸੀਂ ਆਪਣੇ ਪੁੱਤਰ ਨੂੰ ਬੰਟੀ ਵਰਗਾ ਬਣਾਵਾਂਗੇ। ਠੋਕੇ ਮਾਰੋ ਤਾੜੀ, ਟਕਾ। ਜਿਹੜਾ ਅਣਬ ਹੁੰਦਾ, ਜਿਹੜਾ ਝੁਕਦਾ ਨਹੀਂ, ਜਿਹੜਾ ਲੜਦਾ, ਜਿਹੜਾ ਖੜਦਾ, ਉਹ ਅੱਖਾਂ ਨੂੰ ਸੁਹਾਉਂਦਾ ਨਹੀਂ। ਜਿਹੜਾ 80-20 ਰਲ ਕੇ ਖੇਡੇ, ਪਾਰਟੀ ਗਿਰਵੀ ਧਰਦੇ, ਉਹ ਚੈਂਪੀਅਨ। ਕਿਉਂ? ਉਹ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ, ਉਹ ਜਲੀਲ ਵੀ ਹੋਊ, ਉਹਨੂੰ ਵਰਕਰ ਜਲੀਲ ਕਰੂ। ਮੈਂ ਫੇਰ ਕਹਿੰਦਾ
100 ਬੰਦਾ ਇਕੱਠਾ ਹੋਵੇ ਇੱਥੇ ਤਾਂ ਹਜ਼ਾਰਾਂ ਨੇ, 100 ਬੰਦਾ ਇਕੱਠਾ ਹੋਵੇ ਉੱਥੇ ਵੀ ਜਾਓ ਔਰ ਕਹੋ ਕਿ ਸਾਡੇ ਕੋਲ ਇਮਾਨਦਾਰ ਲੀਡਰ ਨੇ, ਸਾਡੇ ਕੋਲ ਇੱਕ ਰੋਡ ਮੈਪ ਹੈ, ਸਾਡੇ ਕੋਲ ਇੱਕ ਏਜੰਡਾ ਹੈ, ਸਾਡੇ ਕੋਲ ਆਹ 50-60 ਹਜ਼ਾਰ ਕਰੋੜ ਰੁਪਈਆ ਬੈਂਕ ਚ ਪਾ ਕੇ ਪੰਜਾਬ ਦੇ ਨੌਜਵਾਨਾਂ ਦੇ ਲਾਂ ਨੂੰ 1,20,000 ਕਰੋੜ ਰੁਪਈਆ, ਜੇ ਕੋਈ ਇਮਾਨਦਾਰ ਆ ਗਿਆ ਸਾਰਾ ਕੁਛ ਪਲਟ ਦੂਗਾ, ਇੱਕ ਸਾਲ ਚ ਪਲਟ ਦੂਗਾ। ਇਹ ਝੂਠ ਵੇਚਣ ਵਾਲੇ ਕਿੱਥੇ ਹੁਣ ਕੇਜਰੀਵਾਲ? ਉਹ ਹਮ ਨਿਕਾਲੇਂਗੇ ਨੇਤਾਓਂ ਕੀ ਜੇਬ ਮੇ ਸੇ, ਐਸੇ ਕਰਕੇ 20,000 ਕਰੋੜ 35,000 ਕਰੋੜ ਨਿਕਾਲੇਂਗੇ ਹਮ ਬਜਟ ਮੇ ਸੇ। ਉਹ ਪਤੰਦਰਾ ਪੰਜਾਬੀ ਤੇ ਬੋਲੀ ਸਿੱਖ ਲੈ ਪਹਿਲਾਂ, ਨਿਕਾਲੇਂਗੇ 35,000 ਕਰੋੜ ਰੁਪਏ ਬਜਟ ਮੇ ਸੇ ਔਰ 1,100 ਰੁਪਏ ਮਾਤਾਓਂ ਔਰ ਬਹਿਨੋਂ ਕੋ ਦੋ। ਕੀ ਮਿਲਿਆ? ਛੁੰਛਣਾ ਠੀਕ ਕਿਹਾ ਬੇਟਾ, ਤੋੜੀ ਕਾਲੀ ਮਾਰੋ ਇੰਤਕਾਲ ਕੀ ਦਿੱਤਾ ਓਏ? ਉਹ ਜਦੋਂ ਤੁਹਾਡੇ ਕੋਲ ਪੱਲੇ ਹੀ ਕੁਛ ਨਹੀਂ, ਜਦੋਂ ਤੁਹਾਡੇ ਕੋਲ ਇਨਕਮ ਹੀ ਨਹੀਂ, ਤੁਸੀਂ ਇਨਕਮ ਨੂੰ ਵੰਡੋ, ਫ੍ਰੀ ਦਿਓ, ਜੋ ਮਰਜ਼ੀ ਕਰੋ, ਇਨਕਮ ਤੋਂ ਦਿਓ ਨਾ। ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ, ਨੰਗਾ ਘਰ ਨੰਗਾ ਇਹ ਸਵਾਲ ਹੈ ਇਨਸਾਨ ਦੀ, ਤਾੜੀ ਜਗਾਕ ਮਾਰੋ। ਜਦੋਂ ਤੁਸੀਂ ਨੰਗ ਸਰਕਾਰ ਹੋ ਤੇ ਪੰਜਾਬ ਦੇ ਪੈਸੇ ਤੁਸੀਂ ਖਾ ਜਾਣੇ, ਠੀਕ ਹੈ, ਪੰਜਾਬ ਦੇ ਪੈਸੇ ਤੁਸੀਂ ਖਾ ਜਾਣੇ ਤੇ ਤੁਸੀਂ ਪੰਜਾਬ ਨੂੰ ਲਾਰੇ ਲੱਪੇ ਲਾ ਕੇ ਤੁਸੀਂ ਇਹ ਦਿਖਾਉਣਾ ਝੂਠ ਵੇਚ ਕੇ ਵੀ ਪੰਜਾਬ ਜਾਵੇ ਇਕੱਠੇ ਖੂਹ ਚ। ਅਸੀਂ ਆਪਣੀ ਵੋਟ ਬੈਂਕ ਪੋਲਿਟਿਕਸ ਰੱਖਾਂਗੇ। ਉਹ ਗੁਰੂ 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 ਦੀ ਬੋਲੀ ਲਾਤੀ ਜਿਨ੍ਹਾਂ ਨੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕੀਤਾ, ਉਹਨਾਂ ਨੂੰ ਸਜ਼ਾ ਨਹੀਂ ਦੇ ਸਕੇ। ਜਿਨ੍ਹਾਂ ਨੇ ਜਥੇਦਾਰਾਂ ਦੇ ਮੂੰਹ ਦੇ ਉੱਤੇ ਸਿੱਟਾਂ ਦੇ ਧੂੰਏ ਮਾਰੇ, ਠਾ ਵਜੀ ਚਪੇੜ ਮੂੰਹ ਤੇ ਹੈਂ, ਤੇ ਜਥੇਦਾਰ ਟੋਟੇ ਟੋਟੇ। ਟਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਗੋਡੇ ਲਵਾ ਕੇ ਸੀ, ਲੀਵਾ ਲਾਤਾ ਸੀ, ਜਥੇਦਾਰ ਘਰੇ ਹੋਣਗੇ। ਧਰਮ ਰਾਜ ਬਿਨਾ ਨਹੀਂ ਧਰਮ ਚਲੇ ਹਨ, ਧਰਮ ਬਿਨਾ ਸਭ ਤਲੇ ਕਲੇ ਹੈ। ਧਰਮ ਦਾ ਝੰਡਾ ਦਰਬਾਰ ਸਾਹਿਬ ਦੇ ਵਿੱਚ ਝੰਡੇ ਬੁੰਗੇ ਚੁੱਕੋ ਚੁੱਕ ਅਟਲ ਰਹਿੰਦਾ ਹੈ। ਧਰਮ ਕਾ ਜੈਕਾਰ, ਧਰਮ ਦਾ ਝੰਡਾ 2.5 ਫੁੱਟ ਉੱਚਾ ਦਰਬਾਰ ਸਾਹਿਬ ਦੀ ਡੇੜੀ ਦੇ ਵਿੱਚੋਂ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਦਾ ਪ੍ਰਕਾਸ਼ ਦਿਖਦਾ ਹੈ। ਲੇਕਿਨ ਸੇਧ ਦੇਣ ਲਈ ਘੋੜਾ ਰਾਜ ਹੈ, ਸਹਿ ਸਵਾਰ ਗੁਰੂ ਦੀ ਸੇਧ ਹੈ। ਇਹਨਾਂ ਨੇ ਧਰਮ ਦਾ ਘੋੜਾ ਬਣਾ ਲਿਆ ਆਪਣੇ ਸਵਾਰਥਾਂ ਦੀ ਪੂਰਤੀ ਲਈ। ਕੌਂਕੇ ਸਾਹਿਬ ਦਾ ਕਤਲ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦਾ ਟੋਟੇ ਟੋਟੇ ਕਰਕੇ ਸਿੱਟਣਾ ਗਵਾਹਾਂ ਦੇ ਬਾਵਜੂਦ ਔਰ ਸਰਕਾਰਾਂ ਦਾ ਸੁੱਤੇ ਪਏ ਰਹਿਣਾ 75-25 ਦਾ ਪ੍ਰਮਾਣ, ਇਸ ਤੋਂ ਵੱਡਾ ਪ੍ਰਮਾਣ ਨਹੀਂ ਹੋ ਸਕਦਾ। ਰਲੇ ਹੋਏ ਇੱਕ ਦੂਜੇ ਨੂੰ ਪ੍ਰੋਟੈਕਟ ਕਰ ਰਹੇ ਹੈ ਤੇ ਫਿਰ ਪੰਥ ਤੋਂ ਵੋਟਾਂ ਕਿਹੜੇ ਕੰਮ ਦੀਆਂ ਮੰਗਦੇ ਹੋਏ ਹੈ। ਇਸ ਕਰਕੇ ਕਹਿੰਦਾ ਗੁਰੂ ਆਪਣਾ ਇਨਸਾਫ ਕਰੇਗਾ, ਲੇਕਿਨ ਇਨਸਾਫ ਕਰਨ ਦੇ ਲਈ ਇਹ ਨੌਜਵਾਨ ਚਾਹੀਦਾ ਹੈ। ਇੱਕ ਪੇੜ ਨੂੰ ਅੱਗ ਲੱਗ ਗਈ, ਪੰਛੀ ਰਹਿੰਦੇ ਸੀ, ਸੁਣੋ ਨੌਜਵਾਨੋ, ਪੰਛੀ ਰਹਿੰਦੇ ਸੀ, ਪੇੜ ਨੂੰ ਅੱਗ ਲੱਗ ਗਈ, ਉਹ ਕਹਿੰਦੇ ਆਗ ਲੱਗੀ ਇਸ ਵਰਿਕਸ਼ ਕੋ, ਜਲਨੇ ਲਗੇ ਹੈ ਪਾ, ਉੜ ਜਾਓ ਐ ਪੰਛੀਓ, ਜਬ ਪੰਖ ਤੁਹਾਡੇ ਸਾਥ। ਤੇ ਪੰਛੀ ਕੀ ਕਹਿੰਦਾ ਹੈ? ਪੀੜ੍ਹੀ ਦਰ ਪੀੜ੍ਹੀ ਉੱਥੇ ਰਹਿੰਦਾ, ਕਹਿੰਦਾ ਫਲ ਖਾਏ ਇਸ ਪੇੜ ਕੇ, ਫਲ ਖਾਏ ਇਸ ਵਰਿਕਸ਼ ਕੇ, ਗੰਦੇ ਕੀਨੇ ਪਾਤ, ਅਬ ਯਹੀ ਹਮਾਰਾ ਧਰਮ ਹੈ, ਜਲ ਮਰੇ ਕਿਸੀ ਕੇ ਸਾਥ, ਜਲ ਮਰੇ ਕਿਸੀ ਕੇ ਸਾਥ। ਕਾਂਗਰਸ ਦੀ ਪ੍ਰੇਰਣਾ ਹੈ, ਸਰਵਸਵ ਨਿਸ਼ਾਵਰ ਕਰਤਾ ਮੋਤੀ ਲਾਲ ਨਹਿਰੂ ਜੀ ਨੇ
ਭਵਨ ਦਾਨ ਕਰਤੇ। ਬਰਿਸਟਰ ਬਾਰਟ ਲੋ ਕਰੋੜਾਂ ਰੁਪਏ ਦੀ ਜਾਇਦਾਦ ਛੱਡ ਕੇ ਧੋਤੀ ਪਾ ਕੇ ਆ ਗਏ। ਲੱਖਾਂ ਕਰੋੜਾਂ ਸਿੱਖ ਜੂਝਦੇ ਰਹੇ। ਲਾਲਾ ਲਾਜਪਤ ਰਾਏ ਹੱਥ ਬੰਨ ਕੇ ਅੱਗੇ ਗੋਰੇ ਮੱਥਾ ਟੇਕ ਕੇ ਮੱਥਾ ਜਿੱਤਣ ਭਰੋਸਾ ਜਗਾ ਦਿਓਗੇ ਲੀਡਰਾਂ 'ਚ। ਉਹ ਵਰਕਰ ਭਰਾਵੋ, ਉਹ ਨੌਜਵਾਨੋ, ਆਓ ਵਾਪਸ ਆ ਕੇ ਇਸ ਸਿਸਟਮ ਦੇ ਖਿਲਾਫ ਲੜੋ। ਨੀਤੀ ਦਾ ਸਿਸਟਮ ਬਣਾਓ। ਰੋਡ ਮੈਪ ਹੈ, ਘਰ ਘਰ ਜਾਓ ਔਰ ਕਹੋ ਕਿ ਕਾਂਗਰਸ 'ਚ ਐਸੇ ਲੀਡਰ ਨੇ ਹੈ ਹਮੇਸ਼ਾ ਰਹਿਣਗੇ ਜਿਨ੍ਹਾਂ ਨੇ ਆਪਣਾ ਇਮਾਨ ਨਹੀਂ ਵੇਚਿਆ। ਜਿਨ੍ਹਾਂ ਨੇ ਆਪਣਾ ਇਮਾਨ ਨਹੀਂ ਵੇਚਿਆ ਉਹਨਾਂ ਲੀਡਰਾਂ ਨੂੰ ਘਰੋਂ ਕੱਢ ਕੇ ਲਿਆਉਣ। ਉਹਨਾਂ ਲੋਕਾਂ ਨੂੰ ਤੁਸੀਂ ਨਾਲ ਖੜੇ ਹੋ ਕਾਂਗਰਸ ਨੂੰ ਬਦਲਣਾ ਪਊ, ਨਹੀਂ ਤੇ ਲੋਕ ਬਦਲ ਦੇਣਗੇ। ਮੈਂ ਅਖੀਰ ਦੇ ਵਿੱਚ ਦੋਵੇਂ ਹੱਥ ਖੜੇ ਕਰਕੇ ਬੰਟੀ ਦਾ ਧੰਨਵਾਦ ਕਰਵਾਉਣਾ ਚਾਹੁੰਦਾ। ਖੜੇ ਹੋ ਜਾਓ ਸਾਰੇ ਜਣੇ, ਸਾਰੇ ਪਿੱਛੇ ਅੱਗੇ ਸਾਰੇ ਦੁਕਾਨਦਾਰ ਭਰਾ ਜਿੰਨੇ ਵੀ, ਇੱਕ ਮਿੰਟ ਹੋਰ ਸੁਣ ਲਓ। ਦੁਕਾਨਦਾਰ ਭਰਾ ਹੋਣ, ਬਿਜ਼ਨਸ ਕਰਨ ਵਾਲੇ ਲੋਕ ਹੋਣ, ਉਹ ਅਮਨ ਮਾਨ ਚਾਹੁੰਦੇ ਆ, ਮੌਲਾਂ 'ਚ ਗਾਹਕ ਚਾਹੁੰਦੇ ਆ, ਬਿਜ਼ਨਸ ਚਾਹੁੰਦੇ ਆ, ਇੱਜ਼ਤ ਦੀ ਰੋਟੀ ਚਾਹੁੰਦੇ ਆ, ਦੱਸੋ ਕੋਈ ਅਮਨ ਕਾਨੂੰਨ ਨਾਮ ਦੀ ਅਵਸਥਾ ਹੈ ਪੰਜਾਬ 'ਚ? ਹੈ ਕੋਈ? ਕੋਈ ਭੈ ਜਿਹੜਾ ਆਮ ਆਦਮੀ ਹੈ ਉਹ ਭੈ ਦਾ ਸ਼ਿਕਾਰ ਹੈ, ਤੇ ਜਿਹੜੇ ਗੁੰਡੇ ਬਦਮਾਸ਼ ਨੇ ਉਹ ਖੁੱਲੇ ਘੁੰਮਦੇ ਫਿਰਦੇ ਆ ਜਿਵੇਂ ਮਿਊਨਸਪੈਲਿਟੀ ਦੇ ਸਾਂਝ ਹੁੰਦੇ ਆ। ਜਿਨ੍ਹਾਂ ਨੇ ਜੁਰਮ ਕੀਤੇ ਆ ਉਹ ਭੱਜੇ ਫਿਰਦੇ ਆ। ਨੌਕਰੀਆਂ ਪੱਲੇ ਨੀ ਕਹਿਲਾ ਧੇਲਾ ਤੇ ਕਰਦੀ ਮੇਲਾ ਮੇਲਾ, ਨੌਕਰੀਆਂ ਕਿੱਥੋਂ ਹੋਣਗੀਆਂ? ਧਰਨਿਆਂ ਦਾ ਸੂਬਾ ਬਣ ਗਿਆ। ਜਿੱਦਣ ਪੰਜਾਬ 'ਚ ਜਾਨ ਮਾਲ ਦੀ ਹਿਫਾਜ਼ਤ ਹੋਏਗੀ, ਜਿੱਦਣ ਪੰਜਾਬ ਦੇ ਵਿੱਚ ਬਿਜ਼ਨਸ ਦੀ ਹਿਫਾਜ਼ਤ ਹੋਏਗੀ, ਪੰਜਾਬੀ ਬਾਹਰ ਛੱਡ ਕੇ ਨਹੀਂ ਜਾਣਗੇ। ਔਰ ਮੈਂ ਗੁਰੂ ਦਾ ਸਿੱਖ, ਗੁਰੂ ਦਾ ਨੌਕਰ, ਗੁਰੂ ਦਾ ਕੁੱਕਰ, ਮੇਰੀ ਮੈਂ ਮੁੱਕੀ ਫਿਰ ਤੂੰ ਹੀ ਤੂੰ। ਮਰਦਾ ਮਰਜੂ ਨਾ ਤੇ ਕਾਰਜਕਰਤਾ, ਨਾ ਤੇ ਪੰਜਾਬ ਦੀ ਕਾਂਗਰਸ ਦਾ ਵਰਕਰ ਭੱਜਣ ਦਊ, ਨਾ ਪੰਜਾਬੀਆਂ ਨੂੰ ਹਰਨ ਦਊ। ਪੰਜਾਬ ਦੇ ਵਿੱਚ ਲੋਕ ਰਾਜ ਸਥਾਪਿਤ ਕਰਕੇ ਤਾਕਤ ਲੋਕਾਂ ਨੂੰ ਵਾਪਸ ਮੋੜ ਲਓ, ਵਾਪਸ ਸੌ ਬੰਦਿਆਂ ਕੋਲ ਸੀਮਤ ਨਹੀਂ ਰਹੂਗੀ। ਮਹਾਰਾਜਾ ਰਣਜੀਤ ਸਿੰਘ ਦਾ ਲੋਕ ਰਾਜ ਤੁਹਾਡੇ ਕੋਲ ਐਸੇ ਯੋਧਿਆਂ ਨੇ ਲੈ ਕੇ ਆਉਣਾ। ਅਰਬੀ ਘੋੜਾ ਜੇ ਕਮਜ਼ੋਰ ਵੀ ਹੋ ਜਾਏ ਖੋਤਿਆਂ ਦੇ ਅਸਤਬਲ ਨਾਲੋਂ ਤਕੜਾ ਹੁੰਦਾ। ਠੋਕ ਕੇ ਮਾਰੋ ਤਾੜੀ। ਰੇਸ ਜਿਤਾਉਣ ਵਾਲੇ ਘੋੜਿਆਂ ਦੀ ਜੇ ਕਦਰ ਨਹੀਂ ਹੋਊ ਤੇ ਫਿਰ ਕਾਂਗਰਸ ਨਹੀਂ ਉੱਠ ਸਕਦੀ। ਹਉਮਾ ਸਿੱਟਣਾ ਪਊ, ਸ਼ਾਸਕ ਭਾਓ ਸਿੱਟਣਾ ਪਊ, ਪਰਿਵਾਰ ਦਾ ਭਾਵ ਜਗਾਉਣਾ ਪਊ, ਭੈਣ ਦਾ, ਭਾਈ ਦਾ, ਆਪਸੀ ਪਿਆਰ ਦਾ, ਗੁਰੂ ਸਾਹਿਬਾਨਾਂ ਦੀ ਸਿੱਖ ਦਾ। ਅੱਬਲ ਅੱਲਾ ਨੂਰ ਪਾਇਆ ਦਰਬਾਰ ਸਾਹਿਬ, ਚੌ ਵਰਨਾਂ ਨੂੰ ਖੁੱਲਾ ਹਰ ਪਾਸਾ। ਅੱਬਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉੱਠਿਆ ਕੌਣ ਭਲੇ ਕੋ ਮੰਦੇ। ਇੱਕ ਤਪਸਵੀ ਬੰਦਾ ਸਿੰਘ ਬਹਾਦਰ ਨੂੰ ਸਿੱਕਾ ਚਲਵਾਤਾ ਸਿੱਖ ਰਾਜ ਦਾ, ਇਹ ਪ੍ਰੇਰਣਾ ਗੁਰੂ ਦੀ। ਉਹਦੇ ਫਲਸਫੇ ਤੋਂ ਦੂਰ ਨਾ ਹੋ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜੀਵੇ।
ਗੁਰਾਂ ਦੇ ਨਾਮ ਨਵੇਂ ਸਿਸਟਮ ਨੂੰ ਬਣਾਉਣ ਲਈ ਆਇਆ, ਨਵੇਂ ਸਿਸਟਮ ਦਾ ਹਿੱਸਾ ਨਹੀਂ ਬਣਾਂਗੇ। ਅਖੀਰ ਚ ਕਹਿੰਦਾ, ਕੋਈ ਅਗਰ ਭੁੱਲਿਆ ਭਟਕਿਆ ਇਸ ਸਿਸਟਮ ਦਾ ਹਿੱਸਾ ਰਿਹਾ ਹੋਵੇ, ਅਸੀਂ ਪਾਪੀ ਨਹੀਂ ਮਾਰਨੇ, ਪਾਪ ਮਾਰਨਾ, ਪਾਪ ਮਾਰਨਾ। ਇਮਾਨਦਾਰੀ ਵਾਲੇ ਸਿਸਟਮ ਚ ਅਗਰ ਤੁਸੀਂ ਆਪਣੇ ਪੁਰਾਣੇ ਅਸਤਿਤਵ ਨੂੰ ਭੁੱਲ ਕੇ ਨਵੀਂ ਪਛਾਣ ਦੀ ਖੋਜ ਚ ਨਿਕਲੋਗੇ ਤੇ ਮੰਜ਼ਿਲ ਆਪੇ ਤੁਹਾਨੂੰ ਪਾਲੂਗੀ। ਦੁਸ਼ਮਣ ਨਹੀਂ ਮਾਰਨਾ ਓਏ, ਦੁਸ਼ਮਣੀ ਮਾਰਨੀ ਹੈ, ਦੁਸ਼ਮਣੀ ਮਾਰਨੀ ਹੈ। ਉਹੀ ਤਕੜਾ ਜਿਹੜਾ ਦੁਸ਼ਮਣੀ ਮਾਰ ਸਕੇ, ਜਿਹੜਾ ਆਪਸੀ ਪਿਆਰ ਜਗਾ ਸਕੇ। ਕਰੋ ਜਿੰਨੀਆਂ ਮਰਜ਼ੀ ਨਿੱਜੀ ਗਾਲਾਂ ਨਵਜੋਤ ਸਿੰਘ ਸਿੱਧੂ ਨੂੰ, ਮੈਂ ਤੁਹਾਡੀ ਲੰਮੀ ਉਮਰ ਦੀ ਦੁਆ ਕਰੂੰ, ਪਰ ਪੰਜਾਬ ਨੂੰ ਤੁਸੀਂ ਲੁੱਟਣ ਆਓਗੇ ਤੇ ਠੋਕ ਦੂੰ, ਠੋਕ। ਮੈਂ ਪ੍ਰਵਾਹ ਕਰਾਂ, ਜ਼ਮੀਰ ਜਾਗ ਰਿਹਾ ਹੈ। ਬਾਪ ਮੇਰਾ ਪਿਤਾ ਇਹ ਗਦਰੀ ਬਾਬਿਆਂ ਦੀ ਸੋਹਣ ਸਿੰਘ ਪੱਖ ਦੀ ਧਰਤੀ ਦੇ ਉੱਤੇ ਕਹਿੰਦਾ, ਮੇਰਾ ਬਾਪ ਸੁਤੰਤਰਤਾ ਸੈਨਾਨੀ ਸੀ, ਰਜਵਾੜਿਆਂ ਦੇ ਖਿਲਾਫ਼ ਬੋਲਦਾ ਸੀ। ਉਹਨੂੰ ਮੇਰੇ ਦਾਦੇ ਨੇ ਕਿਹਾ ਕਿ ਤੂੰ ਅੰਗਰੇਜ਼ਾਂ ਦੇ ਖਿਲਾਫ਼ ਨਹੀਂ ਬੋਲ ਸਕਦੇ। ਘਰ ਛੱਡ ਕੇ ਚਲਿਆ ਗਿਆ, ਸਜ਼ਾਏ ਮੌਤ ਹੋਈ ਉਹਨੂੰ ਸੁਣਾਈ ਗੋਰਿਆਂ ਨੇ। ਲਾਲ ਕਿਲ੍ਹਾ ਅਖਬਾਰ ਕਰਦਾ ਸੀ, ਜੂੜਾ ਬੰਨ ਕੇ ਤਿੰਨ ਤਿੰਨ ਦਿਨ ਖੜਾ ਰੱਖਦੇ ਸੀ, ਗੂੰਹ ਦੇ ਪੋਤਲੇ ਮੂੰਹ ਤੇ ਪਾਉਂਦੇ ਸੀ, ਬਰਫ਼ ਦੀਆਂ ਸਿੱਲੀਆਂ ਚ ਲਟਾਇਆ। ਲੇਕਿਨ ਜਦੋਂ ਵਾਪਸ ਆਇਆ, ਕਿਸ ਤਰ੍ਹਾਂ ਆਇਆ, ਰਾਣੀ ਦਾ ਜਨਮ ਦਿਨ ਹੋਇਆ, ਤਿੰਨ ਕੈਦੀ ਪਰਚੀ ਪਾ ਕੇ ਛੱਡੇ, 765 ਚੋਂ 7 ਕੈਦੀ ਛੱਡੇ। ਉਹਦੇ ਚੋਂ ਮੇਰਾ ਪਿਓ ਸੀ, MLA ਬਣਿਆ, MLC ਬਣਿਆ, ਤੇ ਉਹਨੂੰ ਅਖੀਰ ਲਾਸਟ ਵਰਡ ਅਖੀਰ ਚ ਉਹਨੂੰ ਉਹਦਾ ਦੋਸਤ ਸੀ ਨੰਦ ਕੁਮਾਰ, ਉਹ ਕਹਿੰਦਾ, ਭਗਵੰਤ ਸਿੰਘ ਕਾਰਖਾਨੇ ਲਾ, ਚਾਰ ਪੈਸੇ ਕਮਾ। ਉਹ ਕਹਿੰਦਾ, ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਮੈਂ ਪੈਸੇ ਬਹੁਤ ਕਮਾ ਲੈਂਦਾ, ਪਰ ਰੁੱਖਾਂ ਨਾਲ ਹੀ ਛਾਵਾਂ ਹੁੰਦੀਆਂ, ਸਮਾਂ ਸਭ ਨੂੰ ਢਾ ਦਿੰਦਾ। ਕਿੰਨੇ ਹੀ ਧੜੀ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ, ਕਿੰਜ ਬਣਦੀ ਮੇਰੇ ਗੁਰੂ ਦੀ ਬਾਣੀ, ਜੇ ਬਾਬਾ ਨਾਨਕ ਹੱਟੀ ਲਾ ਲੈਂਦਾ, ਜੇ ਬਾਬਾ ਨਾਨਕ ਹੱਟੀ। ਸਰਦਾਰ ਨਵਜੋਤ ਸਿੰਘ ਸਿੱਧੂ, ਹੱਤੀਆਂ ਲਾਉਣ ਵਾਲੇ ਲੋਕ, ਧੰਦਾ ਕਰਨ ਵਾਲੇ ਲੋਕ, ਸਮਝੌਤਾ ਕਰਨ ਵਾਲੇ ਲੋਕ, ਗੋਡੇ ਲਾ ਕੇ ਰਾਤਾਂ ਨੂੰ ਪੈਰਾਂ ਚ ਝੁਕਣ ਵਾਲੇ ਲੋਕ, ਪੰਜਾਬ ਕਾਂਗਰਸ ਦਾ ਨੇਤਰਤਵ ਨਹੀਂ ਕਰ ਸਕਦੇ। ਇਹੋ ਜਿਹੇ ਕੱਢੂਗਾ ਬਾਹਰ ਯੋਧੇ, ਯੋਧੇ ਜਿਹੜੇ ਹਰੀ ਸਿੰਘ ਨਲਵੇ ਦੇ ਕਿਰਦਾਰ ਨੂੰ ਯਾਦ ਰੱਖਣ। ਬਾਨੂ ਨੇ ਕਿਹਾ ਸੀ, ਤੇਰੇ ਵਰਗਾ ਬੱਚਾ ਚਾਹੀਦਾ, ਹਰੀ ਸਿੰਘ ਨਲਵੇ ਨੇ ਗੋਡਾ ਲਾ ਕੇ ਕਿਹਾ, ਲੈ ਬਾਨੂ ਅੱਜ ਤੋਂ ਮੈਂ ਤੇਰਾ ਪੁੱਤਰ। ਹੈ ਇਹੋ ਜਿਹਾ ਕਿਰਦਾਰ, ਅੱਜ ਹੈ ਇਹੋ ਜਿਹਾ ਜਜ਼ਬਾਤ, ਅੱਜ ਜਿੱਦਣ ਹੋਊ ਪੰਜਾਬ ਉੱਠ ਖੜੂ।